ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਬੀਤੇ ਯਾਨੀ ਕਿ 11 ਜਨਵਰੀ ਨੂੰ ਦੁਪਹਿਰ ਤੋਂ ਬਾਅਦ ਇੱਕ ਜਿਹੜਾ ਰੂਮ ਹੈ ਉਸ ਨੂੰ ਅਚਾਨਕ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਬੇਸ਼ੱਕ ਜਿਹੜੀ ਅੱਗ ਨੂੰ ਬੁਝਾ ਲਿਆ ਗਿਆ, ਪਰ ਆਖਿਰਕਾਰ ਜਿਹੜੀ ਅੱਗ ਕਿਵੇਂ ਲੱਗੀ, ਕਿਸ ਤਰ੍ਹਾਂ ਲੱਗੀ, ਫਿਲਹਾਲ ਇਸ ਦੀ ਜਾਣਕਾਰੀ ਕਿਸੇ ਕੋਲੋਂ ਵੀ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਹੀ ਸਿਹਤ ਵਿਭਾਗ ਵੱਲੋਂ ਪੂਰੇ ਹਸਪਤਾਲ ਦੇ ਵਿੱਚ ਜਿਹੜੇ ਉਪਕਰਨ ਹੈ, ਅਗਨੀਰੋਧੀ ਉਪਕਰਨ, ਅੱਗ ਬੁਝਾਊ ਯੰਤਰ, ਉਹ ਲਗਾਏ ਗਏ ਸਨ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇਹ ਜਿਹੜਾ ਡੱਕ ਹੈ, ਡੱਕ ਇਹਨੂੰ ਕਹਿੰਦੇ ਹਨ, ਇਹਦੇ ਵਿੱਚ ਬਕਾਇਦਾ ਜਿਹੜਾ ਮੱਕੜੀ ਦਾ ਜਾਲ ਬਣਿਆ ਹੋਇਆ, ਜਿਸ ਤੋਂ ਇਹ ਉਮੀਦ ਹੈ ਕਿ ਇਸ ਦੇ ਵਿੱਚ ਜਿਹੜੀ ਪਾਈਪ ਹੈ ਉਹ ਕਾਫ਼ੀ ਲੰਬੇ ਸਮੇਂ ਤੋਂ ਨਹੀਂ ਹੈ। ਆਖਿਰਕਾਰ ਜੇਕਰ ਸਾਰਾ ਸਿਸਟਮ ਫੰਕਸ਼ਨਲ ਹੁੰਦਾ, ਯਾਨੀ ਕਿ ਜੇ ਇਹ ਸਾਰੇ ਉਪਕਰਨ ਚੱਲਦੇ ਹੁੰਦੇ ਤਾਂ ਸਿਹਤ ਵਿਭਾਗ ਨੂੰ ਫਾਇਰ ਬ੍ਰਿਗੇਡ ਬੁਲਾਉਣ ਦੀ ਲੋੜ ਨਹੀਂ ਪੈਣੀ ਸੀ, ਅਤੇ ਜਲਦ ਹੀ ਉਹ ਆਪਣੇ ਅੱਗ ਦੇ ਵਿੱਚ ਕਾਬੂ ਪਾ ਲੈਂਦੇ। ਸੂਤਰਾਂ ਦੀ ਮੰਨੀਏ ਤਾਂ ਇਸ ਉੱਤੇ 40 ਲੱਖ ਤੋਂ ਜ਼ਿਆਦਾ ਜਿਹੜੇ ਰੁਪਈਏ ਉਹ ਖਰਚ ਕੀਤੇ ਜਾ ਚੁੱਕੇ ਹਨ, ਅਤੇ ਬਕਾਇਦਾ ਸਾਰਾ ਵਾਰਡ, ਐਮਰਜੈਂਸੀ ਵਾਰਡ, ਸਰਜੀਕਲ ਵਾਰਡ ਨੂੰ ਵੀ ਇਸ ਦੇ ਨਾਲ ਕਨੈਕਟ ਕੀਤਾ ਜਾ ਚੁੱਕਾ ਹੈ। ਬਠਿੰਡਾ ਤੋਂ ਰਾਜੇਸ਼ ਨੇਗੀ, ETV ਭਾਰਤ।